नमस्कार जी, मैं हाँ सुखविंदर सिंह सिदूर जनालोक नाथ टीवी का विशेष प्रोग्राम खबर सवेर देख रहे सारे दर्शकों का स्वागत। प्रोग्राम विच लैके हाजिर हाँ पंजाब अते भारत की सियासत दे नाल जुड़ियां कुछ वड्डियां ते अहम खबरां। सब तो पहला जी गलबात करांगे कि वक् हो गए कुंवर विजय प्रताप, कितों वक् हो गए, किवें वक् हो गए, गलबात जी इस ते करनी है, बड़ी डीप गलबात इस ते करन दी कोशिश करांगे और हर तरीके का तत् जिहड़ा इहदे विच सामने लियाउण दी कोशिश करांगे। उधर मोर्चे के प्रबंधकों और सरकार के बारे भी गल करनी है, वक् हुए कुंवर विजय प्रताप के बारे भी गल करनी है, तफसील के नाल इत्ते गलबात करांगे। तां नाल ही नाल गलबात करांगे कि भगवंत मान ते भी जिहड़े वड्डे सवाल खड़े हो गए, किवें गलबात उसते भी करांगे। खुद भगवंत मान अपने बयानों च फसदे जा रहे ने, पंजाब के हालातों से फसदे जा रहे ने, ते खुद भगवंत मान पंजाब तो बाहर दियां गेड़ियां ते ने, की कुछ गलबात हो रही है उसते गलबात जिहड़ी प्रॉपर करांगे। नाल ही नाल गलबात जिहड़ी करांगे कि कल विधानसभा सैशन का जिहड़ा दूजा दिन है सोमवार नूं, तां उहदे विच हुण विरोधियां दी तैयारी की है ते की गलबात होण जा रही है, कल इस ते गलबात करांगे। मेरे नाल चर्चा दे लई जुड़े हुए हैं प्रोफेसर मनजीत सिंह अणखी साहब, सब तों पहिलां स्वागत करदे हां। अणखी साहब स्वागत है जी प्रोग्राम दे विच तुहाडा। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਆਪਾਂ ਕਿਹਾ ਕਿ ਵੱਖ ਹੋ ਗਏ ਕੁੰਵਰ ਵਿਜੇ ਪ੍ਰਤਾਪ, ਵੱਖ ਕਿਵੇਂ ਹੋਏ ਉਹ ਵੀ ਆਪਾਂ ਦਰਸ਼ਕਾਂ ਨੂੰ ਦੱਸਦੇ ਹਾਂ। ਵੱਖ ਇਸ ਤਰੀਕੇ ਨਾਲ ਹੋਏ ਕਿ ਜਿਹੜਾ ਚਲਾਨ ਪੇਸ਼ ਹੋਇਆ, ਹਾਲਾਂਕਿ ਉਹ ਚਲਾਨ ਜਿਹੜਾ ਉਹ ਪੂਰਾ ਨਹੀਂ ਹੋਇਆ ਪੇਸ਼। ਉਧਰ ਸ਼ੁਕਰਾਨਾ ਪ੍ਰਬੰਧਕ ਕਰੀ ਜਾ ਰਹੇ ਆ, ਚਲਾਨ ਪੂਰਾ ਪੇਸ਼ ਹੋਇਆ ਨਹੀਂ। ਜਿਹੜੇ ਮੋਰਚੇ ਨੂੰ ਲੈ ਕੇ, ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਜਿਹੜਾ ਲੱਗਿਆ, ਚਾਹੇ ਉਹ ਬੇਅਦਬੀ ਵਾਲਾ ਹੋਵੇ, ਬੇਅਦਬੀ ਤੇ ਵੀ ਸਰਕਾਰ ਬੈਕਫੁੱਟ ਤੇ ਹੈ ਕਿਉਂਕਿ ਬੇਅਦਬੀ ਦੇ ਕੇਸਾਂ ਦੀ ਜਿਹੜੀ ਜਿਹੜੀ ਸੁਣਵਾਈ ਚੱਲ ਰਹੀ ਹੈ ਉਹ ਪੰਜਾਬ ਤੋਂ ਬਾਹਰੋਂ ਚਲੀ ਗਈ ਹੈ, ਠੀਕ ਹੈ ਜੀ। ਇਹਦੇ ਵਿੱਚ ਵੀ ਸਰਕਾਰ ਬੈਕਫੁੱਟ ਤੇ ਆ ਔਰ ਮੋਰਚਾ ਇਹਦੇ ਤੇ ਵੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ, ਚੰਗੇ ਤਰੀਕੇ ਦੇ ਨਾਲ ਵੀ ਸਰਕਾਰ ਨੂੰ ਕਹੇ ਪਰ ਸ਼ੁਕਰਾਨੇ ਲਈ ਤਿਆਰ ਹੈ। ਉਧਰ ਬਹਿਬਲ ਕਲਾਂ ਮੋਰਚਾ ਲੱਗਿਆ ਹੋਇਆ ਤੇ ਬਹਿਬਲ ਕਲਾਂ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਹਾਲੇ ਤੱਕ ਜਿਹੜਾ SSIT ਦੇ ਵਿੱਚੋਂ ਚਲਾਨ ਨਹੀਂ ਪੇਸ਼ ਕੀਤਾ ਗਿਆ, ਕੁਝ ਅਫਸਰਾਂ ਨੂੰ ਕੁਝ ਗ੍ਰਿਫਤਾਰੀਆਂ ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਜ਼ਰੂਰ ਕੀਤੀਆਂ ਹੋਈਆਂ ਨੇ ਤੇ ਕਹਿੰਦੇ ਕਿ 90% ਇਹਦੇ ਵਿੱਚ ਇਨਕੁਆਇਰੀ ਵੀ ਜਾਂਚ ਵੀ ਪੂਰੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ ਤੇ ਬਾਕੀ ਰਹਿੰਦੀ ਜਾਂਚ ਬੜਾ ਟਾਈਮ ਹੋ ਗਿਆ ਹਾਲੇ ਤੱਕ ਇਹਨਾਂ ਦੇ ਵੱਲੋਂ ਪੂਰੀ ਕੀਤੀ ਨਹੀਂ ਗਈ। ਯਾਨੀ ਕਹਿਣ ਦਾ ਭਾਵ ਇਹ ਆ ਕਿ ਕੋਟਕਪੂਰਾ ਗੋਲੀਕਾਂਡ ਦਾ ਜਿਹੜਾ ਚਲਾਨ ਹੈ ਉਹ ਵੀ ਪੂਰਾ ਨਹੀਂ ਕੀਤਾ ਗਿਆ। ਦੂਜੇ ਪਾਸੇ ਬਹਿਬਲ ਕਲਾਂ ਕਾਂਡ ਦਾ ਜਿਹੜਾ ਉਹ ਚਲਾਨ ਨਹੀਂ ਦਿੱਤਾ ਗਿਆ। ਉਧਰ ਜਿਹੜਾ ਬੇਅਦਬੀ ਕੇਸਾਂ ਦੀ ਸੁਣਵਾਈ ਸੀ ਉਹ ਵੀ ਪੰਜਾਬ ਤੋਂ ਬਾਹਰ ਚਲੇਗੀ, ਪਰ ਜਿਹੜੇ ਮੋਰਚਾ ਉਹ ਹਲੇ ਵੀ ਅਧੂਰੇ ਚਲਾਣ ਤੇ ਸੰਤੁਸ਼ਟੀ ਜਤਾਈ ਜਾਂਦਾ ਹੈ ਤੇ ਹਲੇ ਵੀ ਕਹੀ ਜਾਂਦਾ ਹੈ ਕਿ ਸ਼ੁਕਰਾਨੇ ਕਰ ਰਹੇ, ਸ਼ੁਕਰਾਨੇ ਮਹਾਰਾਜ ਦੇ ਹਰ ਟਾਈਮ ਜਿਹੜੇ ਕਰਨੇ ਚਾਹੀਦੇ ਹਨ। ਕੀ ਸਾਹਿਬ ਹਰ ਬੰਦੇ ਨੂੰ ਹਰ ਟਾਈਮ ਸ਼ੁਕਰਾਨੇ ਜਿਹੜੇ ਕਰਨੇ ਚਾਹੀਦੇ, ਗੱਲ ਉਹਦੀ ਨਹੀਂ ਪਰ ਜਿਸ ਮਸਲੇ ਦੇ ਵਿੱਚ ਤੁਸੀਂ ਸਰਕਾਰ ਦੀਆਂ ਤਾਰੀਫਾਂ ਕਰ ਕਰਕੇ ਜਿਹੜੇ ਸ਼ੁਕਰਾਨੇ ਕਰਨ ਜਾ ਰਹੇ ਹੋ ਉਹ ਸਥਿਤੀਆਂ ਕੁਝ ਹੋਰ ਬਣ ਕੇ ਸਾਹਿਬ ਪੈਦਾ ਕਰਦਾ ਹੈ। ਮੋਰਚੇ ਦੇ ਪ੍ਰਬੰਧਕਾਂ ਤੇ ਵੀ ਸਵਾਲ ਖੜੇ ਹੋਏ ਆ, ਸ਼ਾਇਦ ਕੱਲ ਮੋਰਚਾ ਖਤਮ ਹੋ ਜਾਂਦਾ ਹੈ, ਪਰ ਜਿਸ ਤਰੀਕੇ ਦੇ ਆਪਾਂ ਸਵਾਲ ਖੜੇ ਕੀਤੇ, ਜਿਸ ਤਰੀਕੇ ਦੇ ਸੰਗਤਾਂ ਦੇ ਵੱਲੋਂ ਸਵਾਲ ਮੋਰਚੇ ਦੇ ਪ੍ਰਬੰਧਕਾਂ ਤੇ ਖੜੇ ਕੀਤੇ ਗਏ, ਸ਼ਾਇਦ ਉਸ ਨੂੰ ਦੇਖਦੇ ਹਾਂ ਕੱਲ ਜਿਹੜਾ ਉਹ ਮੋਰਚਾ ਖਤਮ ਨਹੀਂ ਕੀਤਾ ਗਿਆ। ਤਾਂ ਅੱਜ ਅਣਕੀ ਸਾਹਿਬ ਜਿੱਥੇ ਸਰਕਾਰ ਚਲਾਣ ਦੇ ਉੱਪਰ ਜਿਹੜੀ ਸਹਿਮਤੀ ਜਤਾ ਰਹੀ ਹੈ ਕਿ ਬੜਾ ਵਧੀਆ ਚਲਾਣ ਹੈ ਤੇ ਜਿਹੜਾ ਅਸੀਂ ਕੋਰਟਾਂ ਦੇ ਵਿੱਚ ਪੈਰਵਾਈ ਕਰਾਂਗੇ ਚੰਗੇ ਤਰੀਕੇ ਦੇ ਨਾਲ, ਦੂਜੇ ਪਾਸੇ ਜਿਹੜਾ ਮੋਰਚਾ ਵੀ ਧੰਨਵਾਦ ਕਰੀ ਜਾ ਰਿਹਾ, ਸ਼ੁਕਰਾਨੇ ਕਰ ਰਿਹਾ ਤੇ ਉਧਰ ਅਲੱਗ ਤੇ ਵੱਖ ਹੋਏ ਜਾਪ ਰਹੇ ਆ ਕੁੰਵਰ ਵਿਜੇ ਪ੍ਰਤਾਪ। ਉਹ ਕਹਿੰਦੇ ਜੀ ਇਹ ਤਾਂ ਆਈਵਾਸ਼ ਹੈ, ਇਹ ਨਹੀਂ ਜਿਹੜਾ ਚਲਾਨ ਸਹੀ ਤਰੀਕੇ ਦਾ ਪੇਸ਼ ਹੋਇਆ, ਇਹ ਚਲਾਨ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਥੋੜੀਆਂ ਤਰੀਕਾਂ ਦੇ ਵਿੱਚ ਹੀ ਜਿਹੜਾ ਇਹ ਚਲਾਨ ਉੱਡ ਜਾਣਾ ਹੈ ਤੇ ਜਿਹੜੇ ਵਿਰੋਧੀ ਆ ਉਹ ਜਿਹੜੇ ਆ ਉਹ ਇਹਦੇ ਵਿੱਚੋਂ ਜਿਹੜੇ ਆ ਬਰੀ ਹੋ ਜਾਣੇ ਆ ਤੇ ਬਰੀ ਹੋ ਜਾਣ ਤੋਂ ਬਾਅਦ ਉਹ ਹੀਰੋ ਬਣ ਜਾਣਗੇ, ਉਹ ਕਹਿਣਗੇ ਦੇਖ ਲਓ ਜੀ ਸਾਡੇ ਨਾਲ ਸਿਆਸਤ ਹੋਈ ਹੈ ਤੇ ਇਨਸਾਫ਼ ਕਹਿੰਦਾ ਇਹਦੇ ਵਿੱਚ ਮਿਲਣਾ ਨਹੀਂ, ਚਲਾਨ ਜਿਹੜਾ ਉਹ ਬੜਾ ਮਾੜਾ ਪੇਸ਼ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆਈ ਵਾਸ਼ ਹੈ ਤੇ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਕੁੰਵਰ ਵਿਜੇ ਪ੍ਰਤਾਪ ਇਸ ਤਰੀਕੇ ਨਾਲ ਅਲੱਗ ਜਾਪ ਰਿਹਾ ਜਦਕਿ ਸਰਕਾਰ ਅਤੇ ਮੋਰਚੇ ਦੇ ਪ੍ਰਬੰਧਕ ਜਿਹੜੇ ਆ ਉਹ ਖੜੇ ਆ ਇਸ ਵਾਲੇ ਪਾਸੇ ਕਿ ਚਲਾਨ ਠੀਕ ਹੈ ਕਿ ਪ੍ਰਬੰਧਕ ਧੰਨਵਾਦ ਕਰ ਰਹੇ ਨੇ, ਪਰ ਦੂਜੇ ਪਾਸੇ ਵੱਖ ਹੋਏ ਕੁੰਵਰ ਵਿਜੇ ਪ੍ਰਤਾਪ ਕਹਿ ਰਿਹਾ ਕਿ ਇਹ ਠੀਕ ਨਹੀਂ, ਇਹ ਸਿਰਫ ਅੱਖੀ ਜਿਹੜਾ ਆਈ ਵਾਸ਼ ਕੀਤਾ ਜਾ ਰਿਹਾ। ਆਪਣੀ ਭੂਮਿਕਾ ਦੇ ਵਿੱਚ ਬੜੇ ਸਵਾਲ ਜਿਹੜੇ ਉਠਾਏ ਨੇ ਔਰ ਸਭ ਤੋਂ ਮਹੱਤਵਪੂਰਨ ਸਵਾਲ ਜਿਹੜਾ ਤੁਸੀਂ ਉਠਾਇਆ ਉਹ ਕੁੰਵਰ ਵਿਜੇ ਪ੍ਰਤਾਪ ਦੇ ਪ੍ਰਸੰਗ ਵਿੱਚ ਉਠਾਇਆ ਕਿ ਜਿਸ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਲੰਮੀ ਜੰਗ ਜਿਹੜੀ ਲੜੀ ਆ ਉਹ ਅੱਜ ਅਲੱਗ ਥਲੱਗ ਪੈਂਦੇ ਨਜ਼ਰ ਆ ਰਹੇ ਆ, ਕਿਉਂਕਿ ਮੋਰਚਾ ਜਿਨ੍ਹਾਂ ਨੇ ਸ਼ੁਰੂ ਕੀਤਾ ਉਹਨਾਂ ਦਾ ਰੋਕ ਢੰਗ ਵੀ ਹੁਣ ਬਦਲ ਚੁੱਕਾ
दूजे पासे सरकार अपनी पिठ खोथा पड़दी पई है। तुसीं अपनी भूमिका च दो गल्लां कीतियां कि बेअदबी दे केस जिहड़े ने पंजाब तों बाहर चले गए ने, सरकार इस गल नूं संतुष्ट आ कि केस कोई गल नहीं चंडीगढ़ च गए ने, चंडीगढ़ पंजाब दा हिस्सा, मंत्री इक दा बयान आउंदा, सरकार इत्थे वी पिठ थापड़दी है। कवर विजय प्रताप सिंह हुणी इह कहिंदे ने कि इह चलान जिहड़ा पेश होया अधूरा चलान आ, कि इहदे विच जमानता लै के जां उहनां नूं जमानता दवाईआं जा सकदियां ते सारे मसले नूं कोर्ट दे मसले दे विच नाल जोड़ के उहनां नूं राहत दवाई जा सकदी है, जो कवर विजय प्रताप तर्क इह दिंदे आ। दूजे पासे सरकार यह तर्क दें कि नहीं, असी वेखो उस परिवार का नाम जिहड़ा इस विच शामिल कर लिया, जिहड़ा गाहे बगाहे इस सारी घटनावां का जिम्मेवार आ, सरकार पिठ यह थापड़दी है। तीजी धिर जिहड़ी आ उह जिहड़ी असीं कह सकने पीड़ित धिर आ, जिन्हां ने बीते लंबे समय तो मोर्चा लाया, शायद हुण मोर्चे ला ला के वह भी अक गए ने, वह भी विचकारला रस्ता लभ रहे हैं कि हाँ भी जिनी जल्दी होवे आपां इस गल नूं खत्म करिए, क्योंकि लोगों का साथ बीते दिन विच मोर्चे दे आगुआं दे नित बदलदे बयानां ते बदलदी स्थितियां करके लोगों का मोह भी इस मोर्चे नालों भंग हुंदा महसूस हो रहा, शायद इस कारण मोर्चे दे आगू भी महसूस कर रहे हैं कि हाँ भाई हुण इह काम खत्म कर देना चाहीदा, ते उन्होंने कर दिता। पर संगतां दे दबाअ जां कुछ तुहाडे जां मेरे वर्गे लोगों के सवालों के नाल उन्हां नूं इह मोर्चा फिर लागू रखना चालू रखना पिया, कि इह गल कहता कि जदों बहबल कलां गोलीकांड की रिपोर्ट जिन्ना चिर तक पेश नहीं होंगी उन्ना चिर तक असी यह मोर्चा चालू रखांगे। पर दूजे पासे अज उही इंसाफ मोर्चे के आगू जिस तरीके दे नाल दरबार साहब जां अमृतसर जा रहे ने शुकराना करन, तां उथे इस सूरत विच इस कांड विच किते वी उन्हां ने कवर विजय प्रताप सिंह नूं नाल खड़न दा जरूरत ही नहीं समझी कि तुसीं उस समय दे विच इक अहम रोल जिहड़ा अदा कीता, तुसीं वी साडे नाल चलो। ਜਾਂ ਕੱਲ ਸ਼ੁਕਰਾਨੇ ਦੇ ਸਮੇਂ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਹੈ ਕਵਰ ਵਿਜੇ ਪ੍ਰਤਾਪ ਦੀ, ਸੁਖਵਿੰਦਰ ਜੀ ਉਹੀ ਰੜਕਦੀ ਆ, ਤੇ ਕੁਦਰਤੀ ਤੌਰ ਤੇ ਇਹ ਜਿਹੜਾ ਮਸਲਾ ਸੁਖਵਿੰਦਰ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਨੇ ਇਸ ਨੂੰ ਆਪਣੇ ਉੱਤੇ ਲਿਆ ਕੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਸਾਈਡਲਾਈਨ ਕਰਨ ਦਾ ਯਤਨ ਕੀਤਾ, ਸਾਈਡਲਾਈਨ ਕਰਨ ਦਾ ਯਤਨ ਕਰ ਦਿੱਤਾ ਗਿਆ, ਕਿਉਂਕਿ ਸਾਰੀ ਕਮਾਨ ਜਿਹੜੀ ਆ ਉਹ ਕਵਰ ਵਿਜੇ ਕੁਲਤਾਰ ਸਿੰਘ ਸੰਧਵਾਂ ਤੇ ਦੂਜੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਨੇ ਸੰਭਾਲ ਲਈ। ਹਾਲਾਂਕਿ ਸਰਕਾਰ ਨੂੰ ਇਹ ਗੱਲ ਚਾਹੀਦੀ ਸੀ ਕਿ ਕਵਰ ਵਿਜੇ ਪ੍ਰਤਾਪ ਜਿਸ ਦੀ ਰਿਪੋਰਟ ਦੇ ਆਧਾਰ ਤੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਬੜੇ ਦਮਗੇ ਜੇ ਮਾਰੇ ਸਨ ਕਿ ਹਾਂ ਭਈ ਆਹ ਵੇਖੋ ਰਿਪੋਰਟ ਸਾਡੇ ਕੋਲ 24 ਘੰਟਿਆਂ 'ਚ ਅਸੀਂ ਇਨਸਾਫ ਦਵਾ ਸਕਦੇ ਹਾਂ, ਤੇ 8 ਮਹੀਨੇ ਜਾਂ ਸਾਲ ਬੀਤ ਚੱਲਿਆ, ਤੇ ਚਲੋ ਜੇ ਤੁਸੀਂ ਚਲਾਨ ਪੇਸ਼ ਕਰਤਾ ਤੁਸੀਂ ਆਪਣੇ ਉਸ ਵਿਅਕਤੀ ਨੂੰ ਨਾਲ ਲੈ ਕੇ ਜ਼ਰੂਰ ਉਸ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ, ਇਹ ਜ਼ਰੂਰੀ ਸੀ ਕਿ ਉਹਨਾਂ ਨੂੰ ਮੋਰਚੇ ਵਿੱਚ ਸਰਕਾਰ ਦੇ ਪੱਖ ਤੋਂ ਸ਼ਾਮਲ ਕਰਵਾਇਆ ਜਾਂਦਾ ਕਿ ਹਾਂ ਭਈ ਤੁਹਾਡੀ ਮਿਹਨਤ ਜਿਹੜੀ ਆ ਬੀਤੇ ਸਮੇਂ ਦੀ ਉਹ ਰੰਗ ਲਿਆਈ ਆ। ਬੇਸ਼ੱਕ ਐਲ ਕੇ ਯਾਦਵ ਵਾਲੀ ਰਿਪੋਰਟ ਹੀ SIT ਨੇ ਪੇਸ਼ ਮੋਰਚੇ ਦੇ ਪ੍ਰਬੰਧਕ ਵੀ ਭੁੱਲ ਗਏ। ਮੈਂ ਸੁਖਵਿੰਦਰ ਜੀ ਮੈਂ ਉਧਰ ਹੀ ਲੱਗਾ ਹੁਣ, ਮੈਂ ਉਹੀ ਗੱਲ ਲੱਗਾ ਕਰਨ ਕਿ ਸਰਕਾਰ ਤਾਂ ਆਪਣੀ ਰਾਜਨੀਤਿਕ ਦਾਇਰਿਆਂ ਦੇ ਵਿੱਚ, ਕਿਉਂਕਿ ਕਵਰ ਵਿਜੇ ਪ੍ਰਤਾਪ ਸਿੰਘ ਵਿਧਾਨ ਸਭਾ ਦੇ ਵਿੱਚ ਵੀ ਸਰਕਾਰ ਨੂੰ ਘੇਰਦੇ ਰਹੇ, ਸਰਕਾਰ ਤਾਂ ਕਿਸੇ ਸੂਰਤ 'ਚ ਵੀ ਨਹੀਂ ਚਾਹੂਗੀ ਕਿ ਕਵਰ ਵਿਜੇ ਪ੍ਰਤਾਪ ਸਿੰਘ ਦਾ ਕੱਦ ਜਿਹੜਾ ਇਸ ਮੁੱਦੇ ਤੇ ਸਿੱਖ ਸੰਗਤਾਂ ਦੇ ਵਿੱਚ ਜਾਂ ਪੰਥਕ ਹਲਕਿਆਂ ਦੇ ਵਿੱਚ ਵੱਡਾ ਹੋਵੇ। ਸਰਕਾਰ ਤਾਂ ਮੈਂ ਥੋੜ੍ਹੀ ਜਿਹੀ ਸੁਣਾਉਣੀ ਚਾਹੂੰਗਾ, ਇੱਕ ਦਿਨ ਮੈਂ ਪਹਿਲਾਂ ਵੀ ਦੋ ਵਾਰੀ ਸੁਣਾ ਚੁੱਕਿਆ, ਪਰ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਸੁਣਾਉਣੀ ਵੀ ਬੜੀ ਜ਼ਰੂਰੀ ਹੈ, ਔਰ ਜਿੰਨੀ ਵਾਰੀ ਸੁਣਾ ਦਿੱਤੀ ਜਾਵੇ ਮੈਨੂੰ ਲੱਗਦਾ 19 ਵਾਰੀ ਜਿਹੜੀ ਥੋੜ੍ਹੀ ਆਣ ਕੇ ਸਾਹਿਬ ਕਿ ਤੁਹਾਨੂੰ ਚੇਤਾ ਹੋਊਗਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਗਏ ਉੱਥੇ ਪਾਕਿਸਤਾਨ ਦੇ ਵਿੱਚ, ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਬਣ ਗਿਆ ਤੇ ਉੱਥੇ ਜਨਰਲ ਜਾਵੇਦ ਬਾਜਵਾ ਦੇ ਨਾਲ ਗੱਫੀ ਪਾ ਲੈਂਦੇ ਆ, ਤਾਂ ਨਵਜੋਤ ਸਿੰਘ ਸਿੱਧੂ ਜਦੋਂ ਭਾਰਤ ਦੇ ਵਿੱਚ ਵਾਪਸ ਆਉਂਦੇ ਆ ਤਾਂ ਆ ਕੇ ਕਹਿੰਦੇ ਆ ਕਿ ਭਾਈ ਉਹ ਮੈਂ ਜੱਫੀ ਤਾਂ ਪਾ ਲਈ, ਉਹ ਕਹਿੰਦੇ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਜਿਹੜਾ ਉਹ ਲਾਂਘਾ ਖੋਲ ਦੇਣਾ। ਲੋਕ ਕਹਿੰਦੇ ਜੇ ਲਓ ਜੀ ਇਹ ਤਾਂ ਜਾਣ ਬੁੱਝ ਕੇ ਕਰ ਰਹੇ ਨੇ, ਤਾਂ ਗਦਾਰੀ ਕਰਤੀ, ਜਿਹੜਾ ਜਾਵੇਦ ਬਾਜਵਾ ਦੇ ਨਾਲ ਜੱਫੀ ਪਾ ਸਕਦਾ ਉਹਨੇ ਭਾਰਤ ਦੇ ਨਾਲ ਗਦਾਰੀ ਕੀਤੀ ਹੈ, ਗਦਾਰ ਤੱਕ ਦੇ ਸਰਟੀਫਿਕੇਟ ਕਹਿਤੇ। ਉਧਰ ਅਕਾਲੀ ਕਾਂਗਰਸੀ ਵੀ ਜਿਹੜੇ ਉਹਨਾਂ ਦੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ ਅਕਾਲੀ ਹੋ ਗਏ ਭਾਜਪਾ ਹੀ ਹੋ ਗਏ, ਉਹ ਕਹਿੰਦੇ ਜੀ ਏਦਾਂ ਕਿੱਦਾਂ ਹੋਜੂ, ਕਿੱਦਾਂ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਉਹ ਜਿਹੜੇ ਆ ਉਹ ਖੋਲ ਦੇਣਗੇ, ਤਾਂ ਕਮਲੀਆਂ ਗੱਲਾਂ ਕਰਦਾ ਹੈ। ਤੇ ਇਹ ਸਰਕਾਰਾਂ ਦੇ ਮਸਲੇ ਆ ਤੇ ਸਰਕਾਰਾਂ ਨੇ ਖੋਲਣੇ ਆ, ਤੇ ਉਹਨਾਂ ਨੇ ਜੇ ਖੋਲਣਾ ਹੀ ਹੁੰਦਾ ਕਹਿੰਦੇ ਸਾਡੇ ਨਾਲ ਸੰਪਰਕ ਕਰਦੇ। ਹਰਸਿਮਰਤ ਕੌਰ ਬਾਦਲ ਹੋ ਜੀ ਵੀ ਇਹੀ ਗੱਲ ਕਹਿੰਦੇ ਨਜ਼ਰ ਆਏ ਕਿ ਇਹ ਤਾਂ ਜੀ ਉਈ ਛੱਡੀ ਜਾਂਦਾ, ਇਹ ਕੋਈ ਸੱਚਾਈ ਸਚੂਈ ਹੈ ਨਹੀਂ ਗੀ। ਤੇ ਜਦੋਂ ਅਣਖੀ ਸਾਹਿਬ ਫਿਰ ਲਾਂਘਾ ਖੁੱਲਿਆ ਤੇ ਇਮਰਾਨ ਖਾਨ ਨੇ ਉੱਥੇ ਜਦੋਂ ਪਾਕਿਸਤਾਨ ਦੇ ਵਿੱਚੋਂ ਇਹ ਗੱਲ ਕਹੀ ਕਿ ਲਾਂਘਾ ਜਿਹੜਾ ਸਿੱਧੂ ਦੀ ਜੱਫੀ ਕਰਕੇ ਖੁੱਲਿਆ, ਸਿੱਧੂ ਦੀ ਦੋਸਤੀ ਕਰਕੇ ਖੁੱਲਿਆ, ਉਸ ਤੋਂ ਬਾਅਦ ਵੀ ਉਹਦੀ ਆਲੋਚਨਾ ਕਰਨੀ ਬੰਦ ਨਹੀਂ ਕੀਤੀ ਗਈ। ਉਸ ਤੋਂ ਬਾਅਦ ਲੋਕ ਕਹਿਣ ਲੱਗ ਗਏ, ਕਾਂਗਰਸੀ ਕਹਿਣ ਲੱਗ ਗਏ, ਬੀਜੇਪੀ ਕਹਿਣ ਲੱਗ ਗਈ, ਬਾਦਲ ਪਰਿਵਾਰ ਕਹਿਣ ਲੱਗ ਗਿਆ ਵੀ ਇਹ ਤਾਂ ਸਰਕਾਰ ਲੈਵਲ ਦਾ ਕੰਮ ਆ, ਨਵਜੋਤ ਸਿੰਘ ਸਿੱਧੂ ਨੇ ਨਹੀਂ, ਇਹ ਤਾਂ ਲਾਂਘਾ ਜਿਹੜਾ ਉਹ ਖੁਲਵਾਇਆ, ਸਰਕਾਰਾਂ ਨੇ, ਮੋਦੀ ਸਾਹਿਬ ਨੇ ਖੁਲਾਇਆ, ਇਹ
ਕੁਝ ਕਹਿੰਦੇ ਅਰਦਾਸਾਂ ਨੇ ਖਿਲਾਇਆ, ਅਰਦਾਸਾਂ ਤਾਂ ਹਰ ਸਮੇਂ ਹੁੰਦੀਆਂ ਨੇ, ਹਰ ਕੰਮ ਅਰਦਾਸ ਦੇ ਨਾਲ ਹੀ ਹੁੰਦਾ ਹੈ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਨਵਜੋਤ ਸਿੰਘ ਸਿੱਧੂ ਚੁੱਪ ਰਹੇ, ਉਹਨਾਂ ਨੇ ਕਦੇ ਵੀ ਕਲੇਮ ਨਹੀਂ ਕੀਤਾ ਕਿ ਭਾਈ ਮੈਂ ਉੱਥੇ ਐਫਰਟ ਕੀਤਾ, ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਬੜੇ ਦਮਗਜੇ ਮਾਰਦਾ ਕਿ ਮੈਂ ਉੱਥੇ ਕਰਕੇ ਆ। ਜਿਵੇਂ ਅਕਾਲੀ ਦਲ ਕਹਿ ਰਿਹਾ ਸੀ ਕਿ ਭਾਈ ਕੁਲਦੀਪ ਸਿੰਘ ਵਡਾਲਾ ਸਾਡਾ ਅਕਾਲੀ ਦਲ ਵਾਲਾ ਉੱਥੇ ਜਿਹੜਾ ਅਰਦਾਸਾਂ ਕਰਦਾ ਰਿਹਾ, ਇਕੱਲਾ ਹੀ ਕੁਲਦੀਪ ਸਿੰਘ ਢਾਲਾ ਜਿਹੜਾ ਵਡਾਲਾ ਨੇ ਥੋੜੀ ਅਰਦਾਸਾਂ ਕੀਤੀਆਂ, ਸਾਰਾ ਜਿਹੜਾ ਸਿੱਖ ਜਗਤ ਜਿਹੜਾ ਅਰਦਾਸਾਂ ਕਰਦਾ, ਹਰ ਰੋਜ਼ ਅਰਦਾਸ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਵਿਚੜੇ ਗੁਰੂ ਝਾਮਾਂ ਦੇ ਦਰਸ਼ਨ ਦੀਦਾਰ, ਹਰ ਹਰ ਅਰਦਾਸ ਦੇ ਵਿੱਚ ਹਰ ਰੋਜ਼ ਇਹ ਜਿਹੜੀ ਗੱਲ ਹੁੰਦੀ ਹੈ। ਪਰ ਜਾਨੀ ਕਿ ਉਹਨਾਂ ਨੇ ਅਰਦਾਸ ਨੂੰ ਵੀ ਵਰਤ ਲਿਆ, ਕੁਲਦੀਪ ਸਿੰਘ ਵਡਾਲਾ ਦੀ ਅਰਦਾਸ ਨੂੰ ਵੀ ਵਰਤ ਲਿਆ ਅਕਾਲੀ ਦਲ ਨੇ ਆਪਦੀ ਪਾਰਟੀ ਦੇ ਨਾਲ ਜੋੜਨ ਦੇ ਲਈ ਕਿ ਅਸੀਂ ਲਾਂਘਾ ਖਿਲਾਇਆ, ਭਾਜਪਾ ਕਹਿੰਦੀ ਅਸੀਂ ਖਿਲਾਇਆ, ਕਾਂਗਰਸ ਸਿੱਧੂ ਨੂੰ ਗਦਾਰ ਕਹਿਣ ਲੱਗ ਗਏ, ਪਰ ਸਿੱਧੂ ਨੇ ਕਦੇ ਵੀ ਕਲੇਮ ਨਹੀਂ ਕੀਤਾ ਕਿ ਮੈਂ ਖਿਲਾਇਆ। ਪਰ ਅੱਜ ਵੀ ਜਦੋਂ ਲੋਕ ਕਰਤਾਰਪੁਰ ਸਾਹਿਬ ਜਾਂਦੇ ਆ ਤਾਂ ਇੱਕੋ ਹੀ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਲਾਂਘਾ ਖਿਲਾਇਆ ਉਹ ਨਵਜੋਤ ਸਿੰਘ ਸਿੱਧੂ ਨੇ ਖਿਲਾਇਆ, ਜੇ ਲਾਂਘਾ ਖੁੱਲਿਆ ਤਾਂ ਨਵਜੋਤ ਸਿੰਘ ਸਿੱਧੂ ਕਰਕੇ ਖੁੱਲਿਆ। ਇਹ ਜਿਹੜੇ ਬਿਨਾਂ ਮੰਗੇ ਕਲੇਮ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਸਿਹਰਾ ਜਿਹੜਾ ਉਹ ਚੱਲਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਕਰਕੇ ਇਹ ਲਾਂਘਾ ਖੁੱਲਿਆ, ਇਮਰਾਨ ਖਾਨ ਦੇ ਨਾਲ ਦੋਸਤੀ ਕਰਕੇ ਲਾਂਘਾ ਖੁੱਲਿਆ, ਉੱਥੇ ਜਾਣ ਵਾਲੀਆਂ ਸਿੱਖ ਸੰਗਤਾਂ ਜਿਹੜੀਆਂ ਅਸੀਸਾਂ ਦਿੰਦੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ। ਕਹਿਣ ਦਾ ਭਾਵ ਕਿ ਉਹਨੇ ਸਿਹਰਾ ਮੰਗਿਆ ਨੀ, ਉਹਦਾ ਸਿਹਰਾ ਖੋਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਸਾਹਿਬ ਨੇ ਪਰਮਾਤਮਾ ਨੇ ਜਿਹਨੂੰ ਸਿਹਰਾ ਦੇਣਾ, ਜਿਹਨੂੰ ਵਡਿਆਈ ਦੇਣੀ ਹੈ, ਉਹਨੂੰ ਵਡਿਆਈ ਮਿਲ ਕੇ ਦਿੰਦੀ ਆ। ਇਸੇ ਤਰੀਕੇ ਦੇ ਨਾਲ ਹੀ ਕੁਝ ਲੋਕ ਇਹ ਸਮਝਦੇ ਆ ਕਿ ਮੋਰਚੇ ਦੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਸਰਕਾਰ ਇਸ ਪੂਰੇ ਕੇਸ ਦੀ, ਬੇਅਦਬੀ ਗੋਲੀਕਾਂਡ ਦੇ ਮਸਲੇ ਦੀ ਜਿਹੜੀ ਉਹ ਪੈਰਵਾਈ ਕਰ ਰਹੇ ਸੀ ਕੁੰਵਰ ਵਿਜੇ ਪ੍ਰਤਾਪ ਇੰਨੇ ਸਮੇਂ ਤੋਂ, ਉਹਨਾਂ ਦਾ ਜਿਹੜਾ ਸਿਹਰਾ ਉਹ ਖੋਣ ਦੀ ਕੋਸ਼ਿਸ਼ ਹੈ, ਉਹਨਾਂ ਤੋਂ ਇਹ ਮੁੱਦੇ ਖੋਣ ਦੀ ਕੋਸ਼ਿਸ਼ ਹੈ। ਪਰ ਸਿੱਖ ਜਗਤ ਜਾਣਦਾ, ਦੁਨੀਆਂ ਜਾਣਦੀ ਹੈ, ਪਰਮਾਤਮਾ ਜਾਣਦਾ, ਤੇ ਸ਼ਾਇਦ ਜਿਹੜਾ ਉਹ ਇਸ ਤਰੀਕੇ ਨਾਲ ਹੋਣਾ ਨਹੀਂ, ਖੋਇਆ ਨਹੀਂ ਜਾਣਾ, ਪਰਮਾਤਮਾ ਨੇ ਜਿਹਨੂੰ ਵਡਿਆਈ ਦੇਣੀ ਹੈ ਤੇ ਉਹਨੂੰ ਦੇਣੀ ਹੈ। ਤੇ ਕੁੰਵਰ ਵਿਜੇ ਪ੍ਰਤਾਪ ਦੇ ਬਾਰੇ ਸਿੱਖ ਜਗਤ ਜਾਣਦਾ, ਉਹਦੀ ਕੁਰਬਾਨੀ ਨੂੰ ਵੀ ਜਾਣਦਾ ਕਿ ਇੱਥੇ ਕੋਈ ਮੈਂਬਰੀ ਨਹੀਂ ਛੱਡਦਾ, ਉਹਨੇ IPS ਦੀ 10 ਸਾਲਾਂ ਦੀ ਨੌਕਰੀ ਜਿਹੜੀ ਉਹ ਛੱਡ ਦਿੱਤੀ ਹੈ। ਤੇ ਚਲੋ ਉਹਦਾ ਕਲੇਮ ਦੇ ਵਿੱਚ ਪਿਆ ਵੀ ਨੀ, ਜਿਵੇਂ ਨਵਜੋਤ ਸਿੰਘ ਸਿੱਧੂ ਪਿਆ, ਉਹ ਵੀ ਨੀ ਪਿਆ, ਨਵਜੋਤ ਸਿੰਘ ਸਿੱਧੂ ਵੀ ਨੀ ਪਿਆ, ਤੇ ਕੁੰਵਰ ਵਿਜੇ ਪ੍ਰਤਾਪ ਵੀ ਨੀ ਇਸ ਚੱਕਰ ਚ ਪਿਆ ਕਿ ਮੇਰੀ ਵਜ੍ਹਾ ਨਾਲ ਇਹ ਸਾਰਾ ਕੁਝ ਹੋ ਰਿਹਾ ਜਾਂ ਮੇਰੀ ਵਜ੍ਹਾ ਦੇ ਨਾਲ ਇਨਸਾਫ਼ ਮਿਲਣਾ, ਇਹ ਵੀ ਜਿਹੜੀਆਂ ਗੱਲਾਂ ਬਾਤਾਂ ਹੋਈਆਂ। ਪਰ ਫਿਰ ਵੀ ਲੋਕ ਜਿਹੜੇ ਸਭ ਕੁਝ ਸਮਝਦੇ ਆ, ਇਹਦਾ ਸਿਹਰਾ ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਹੀ ਜਾਣਾ ਮੇਰੇ ਹਿਸਾਬ ਦੇ ਨਾਲ, ਕੱਲ ਨੂੰ ਜਦੋਂ ਵੀ ਇਨਸਾਫ਼ ਜਿਹੜਾ ਉਹ ਮਿਲੇ, ਇਹ ਕੇਸ ਜਦੋਂ ਵੀ ਇਹ ਚੇਤੇ ਕੀਤਾ ਜਾਇਆ ਕਰੂਗਾ ਅੱਗੇ ਜਾ ਕੇ ਇਤਿਹਾਸ ਦੇ ਲਈ, ਤਾਂ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਅਹਿਮ ਜਿਹੜਾ ਉਹ ਰੋਲ ਸਮਝਿਆ ਜਾਇਆ ਕਰੂਗਾ ਇਸ ਪੂਰੇ ਵਿਸ਼ੇ ਦੇ ਵਿੱਚ। ਤੇ ਕੁੰਵਰ ਵਿਜੇ ਪ੍ਰਤਾਪ ਦੇ ਨਾਮ ਦੇ ਨਾਲ ਮੈਨੂੰ ਲੱਗਦਾ ਕਿ ਇਸ ਕੇਸ ਨੂੰ ਜਿਹੜਾ ਜਾਣਿਆ ਜਾਇਆ ਕਰੂਗਾ। ਹਾਂਜੀ ਸਾਹਿਬ, ਸੁਖਵਿੰਦਰ ਜੀ, ਬਹੁਤ ਸੋਹਣੀ ਸਥਿਤੀ ਜਿਹੜੀ ਤੁਸੀਂ ਬਿਆਨ ਕੀਤੀ ਹੈ ਕਰਤਾਰਪੁਰ ਲਾਂਘੇ ਨੂੰ ਲੈ ਕੇ ਨਵਜੋਤ ਸਿੱਧੂ ਦੀ ਨਿਭਾਈ ਗਈ ਭੂਮਿਕਾ, ਔਰ ਦੂਜੇ ਪਾਸੇ ਵਿਰੋਧੀਆਂ ਵੱਲੋਂ ਉਹਦੇ ਉੱਤੇ ਲਾਏ ਗਏ ਨਿਸ਼ਾਨਿਆਂ ਦੇ ਸੰਦਰਭ ਦੇ ਵਿੱਚ ਮੌਜੂਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਥਿਤੀ ਬਿਲਕੁਲ ਉਸ ਮਾਨੰਤਰ ਜਿਹੜੀ ਦਿਖਾਈ ਦੇ ਰਹੀ ਹੈ। ਬਿਲਕੁਲ ਸਹੀ ਸਥਿਤੀ ਬਿਆਨ ਕੀਤੀ ਕਿ ਅੱਜ ਤੱਕ ਉਸਨੇ ਵੀ ਕਦੇ ਕਲੇਮ ਨਹੀਂ ਸੀ ਕੀਤਾ ਨਵਜੋਤ ਸਿੱਧੂ ਨੇ ਕਿ ਹਾਂ ਭਾਈ ਨਾਗਾ ਮੈਂ ਖਿਲਾਇਆ, ਤੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵੀ ਅੱਜ ਤੱਕ ਇਸ ਗੱਲ ਤੇ ਕਲੇਮ ਨਹੀਂ ਕੀਤਾ ਕਿ ਇਹ ਜੋ ਕੁਝ ਹੋ ਰਿਹਾ ਇਹ ਮੇਰੇ ਯਤਨਾਂ ਕਰਕੇ ਹੋ ਰਿਹਾ। ਉਹ ਤੇ ਇਹ ਕਹਿੰਦੇ ਰਹੇ ਨੇ ਅਖੀਰ ਤੱਕ ਭਾਈ ਇਹ ਰਿਪੋਰਟ ਇੱਦਾਂ ਨਹੀਂ, ਇੱਦਾਂ ਕਰ ਲਓ, ਇਹ ਨਹੀਂ ਇਹ ਕਰ ਲਓ, ਅਜੇ ਵੀ ਉਹ ਇਸ ਮੁੱਦੇ ਤੇ ਸੰਜੀਦਗੀ ਨਾਲ ਪਹਿਰਾ ਦੇ ਰਹੇ ਆ ਕਿ ਸਿਹਰਾ ਕੋਈ ਵੀ ਲਵੇ ਪਰ ਜਾਂਚ ਜਿਹੜੀ ਆ ਉਹ ਠੀਕ ਹੋਣੀ ਚਾਹੀਦੀ ਆ ਤੇ ਇਨਸਾਫ਼ ਜਿਹੜਾ ਉਸ ਤੋਂ ਬਾਅਦ ਰੋਹਿਤ ਚੌਧਰੀ ਉਸ ਸਮੇਂ ਦੇ ADGP ਲਾ ਐਂਡ ਆਰਡਰ ਜਿਹੜੇ ਸਿੱਧੇ ਸੱਦੇ ਗਏ ਆ, ਰਣਵੀਰ ਸਿੰਘ ਖੱਟੜਾ ਜਿਹੜੇ ਆ ਰਿਟਾਇਰਡ IG ਉਸ ਸਮੇਂ ਦੇ DIG ਜਿਹੜੇ ਉਹ ਸੱਦੇ ਗਏ ਆ, ਇਹਦੇ ਵਿੱਚ ਕੀ ਹੁਣ ਨਵਾਂ ਨਿਕਲ ਕੇ ਸਾਹਮਣੇ ਆ ਰਿਹਾ? ਸੁਖਵਿੰਦਰ ਜੀ, ਇਹ ਬੜੀ ਮਹੱਤਵਪੂਰਨ ਅਸੀਂ ਕਹਿ ਸਕਦੇ ਕਿ ਜਿਹੜੀ LK ਯਾਦਵ ਵਾਲੀ ਸਿੱਟ ਆ ਉਸਨੇ ਆ ਘੱਟਣ ਜਿਹੀ ਕਹਿ ਸਕਦੇ ਕਿ ਇਹ ਕ੍ਰਮ ਜਿਹੜਾ ਉਹ ਜਾਰੀ ਰੱਖਿਆ ਕਿ 3 ਬੰਦਿਆਂ ਨੂੰ ਜਿਹੜੇ ਦੁਬਾਰਾ ਸੱਦਿਆ, ਜਿਹਨਾਂ ਵਿੱਚ ਗਗਨਦੀਪ ਸਿੰਘ ਬਰਾੜ ਜਿਹੜੇ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸੈਕਟਰੀ ਸੀ, ਚੀਫ ਸੈਕਟਰੀ, ਉਹਨਾਂ ਨੂੰ, ਦੂਜੇ ਪਾਸੇ ADGP ਰਾਹੁਲ ਚੌਧਰੀ ਜਿਹੜੇ ਰਿਟਾਇਰ ਹੋ ਚੁੱਕੇ ਨੇ, ਤੇ ਤੀਜੇ IG ਮੌਜੂਦਾ ਰਿਟਾਇਰ ਰੋਹਿਤ ਚੌਧਰੀ ਤਾਂ ADCP, ਤੇ ਮੌਜੂਦਾ ਜਿਹੜੇ ਨੇ IG ਜਿਹੜੇ ਰਿਟਾਇਰ ਹੋਏ ਨੇ ਰਣਵੀਰ ਸਿੰਘ ਖੱਟੜਾ, ਇਹਨਾਂ ਨੂੰ ਦੁਬਾਰਾ ਹੁਣ ਜਿਹੜੇ 3 ਅਧਿਕਾਰੀ ਨੇ 6 ਮਾਰਚ ਨੂੰ ਇਹਨਾਂ ਨੂੰ ਤਲਬ ਕੀਤਾ ਗਿਆ ਸਿੱਟ ਨੇ। ਹੁਣ ਸੁਖਵਿੰਦਰ ਜੀ, ਸਿੱਟ ਨੇ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਜਾਣਕਾਰੀ ਆਪਾਂ ਕਰਦੇ ਹਾਂ ਬਾਅਦ ਦੇ ਵਿੱਚ। ਇਹਨਾਂ 3 ਬੰਦਿਆਂ ਨੂੰ ਸੁਖਵਿੰਦਰ ਜੀ, ਜਿਹੜੀ ਰਾਹੁਲ ਚੌਧਰੀ ਵਾਲੀ, ਮਾਫ਼ ਕਰਨਾ, ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਸੀ,
ਉਹਨਾਂ ਨੇ ਵੀ ਤਲਬ ਕੀਤਾ ਸੀ, ਉਹਨਾਂ ਨੇ ਵੀ ਇਹਨਾਂ ਦੇ ਬਿਆਨ ਜਿਹੜੇ ਲਏ ਸਨ, ਖਾਸ ਤੌਰ ਤੇ ਰੋਹ ਚੌਧਰੀ ਦੇ ਤੇ ਰਣਬੀਰ ਸਿੰਘ ਖੱਟੜੀ ਦੇ। ਗਗਨਦੀਪ ਸਿੰਘ ਪਹਿਲੀ ਰੋਹਿਤ ਜੀ ਜੀ ਮੈਂ ਰੋਹ ਚੌਧਰੀ ਕਹਿ ਰਿਹਾ ਕਬਰ ਵਿੱਚ ਜੀ, ਤੇ ਗਗਨਦੀਪ ਸਿੰਘ ਬਰਾੜ ਨੂੰ ਐਰਕਾਂ ਪਹਿਲੀ ਵਾਰੀ ਸੱਦਿਆ ਗਿਆ। ਹੁਣ ਜਿਹੜੇ ਤੱਥ ਸਾਡੇ ਕੋਲ ਆਏ ਨੇ, ਜੋ ਜਾਣਕਾਰੀ ਸਾਡੇ ਕੋਲ ਆਈ ਆ, ਜਦੋਂ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਵਾਲੀ ਸਿੱਟ ਨੇ ਇਹਨਾਂ ਦੋ ਅਧਿਕਾਰੀਆਂ ਨੂੰ ਸੱਦਿਆ, ਜਿਹਨਾਂ ਵਿੱਚ ਰੋਹਿਤ ਚੌਧਰੀ ਤੇ ਦੂਜੇ ਪਾਸੇ ਰਣਬੀਰ ਸਿੰਘ ਖੱਟੜਾ ਸਾਹਿਬ, ਤਾਂ ਬਹੁਤ ਕੁਝ ਜਿਹੜੇ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਕਿ ਉਸ ਸਮੇਂ ਕੀ ਸਥਿਤੀਆਂ ਜਿਹੜੀਆਂ ਸਾਹਮਣੇ ਆਈਆਂ, ਉਹਦੀ ਜਾਣਕਾਰੀ ਜ਼ਰੂਰ ਜੇ ਅਸੀਂ ਆਪਣੇ ਦਰਸ਼ਕਾਂ ਨਾਲ ਜਿਹੜੀ ਉਹ ਸਾਂਝੀ ਲੱਗੇ ਆ ਕਰਨ। ਸੁਖਵਿੰਦਰ ਜੀ, ਪਤਾ ਇਹ ਲੱਗਾ ਕਿ ਜਦੋਂ ਕਬਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਨੇ ਉਸ ਸਮੇਂ ਦੇ ਮੌਜੂਦਾ ਆਈ ਜੀ ਰੋਹਿਤ ਚੌਧਰੀ ਨੂੰ ਸੱਦਿਆ ਸੀ, ਤੇ ਉਸ ਵਕਤ ਉਹ ADGP ਦੇ ਅਹੁਦੇ ਤੇ ਤੈਨਾਤ ਸਨ। ਲਾਰਡ ਆਰਡਰ ਜਦੋਂ ਕੋਟਕਪੁਰਾ ਗੋਲੀਕਾਂਡ ਚੱਲਦੀ ਗੋਲੀ ਚੱਲਦੀ ਹੈ, ਤਾਂ ਕਹਿੰਦੇ ਨੇ ਕਿ ਉਸ ਸਮੇਂ ਰੋਹਿਤ ਚੌਧਰੀ ADGP ਲਾਰਡ ਆਰਡਰ ਸਨ, ਉੱਥੇ ਮੌਜੂਦ ਸਨ, ਪਰ ਉਸ ਵਕਤ ਉਹ ਗੈਸਟ ਹਾਊਸ ਦੇ ਵਿੱਚ ਉੱਥੇ ਬੈਠੇ ਸੀ। ਹੁਣ ਸਥਿਤੀ ਦੀ ਤ੍ਰਾਸਦੀ ਵੇਖੋ ਕਿ ਉਸ ਵਕਤ ਸੁਮੇਹ ਸਿੰਘ ਸੈਣੀ ਜਿਹੜੇ DGP ਸਨ, ਉਹਨਾਂ ਦਾ ਰਾਬਤਾ ADGP ਲਾਰਡ ਆਰਡਰ ਰੋਹਿਤ ਚੌਧਰੀ ਜਿਹੜੇ ਮੌਕੇ ਤੇ ਮੌਜੂਦ ਗੈਸਟ ਹਾਊਸ ਵਿੱਚ ਬੈਠੇ ਸਨ, ਉਹਨਾਂ ਨਾਲ ਉਹਨਾਂ ਦਾ ਰਾਬਤਾ ਨਹੀਂ ਸੀ ਹੋ ਰਿਹਾ, ਬਲਕਿ ਸੁਮੇਹ ਸਿੰਘ ਸੈਣੀ ਦਾ ਰਾਬਤਾ ਉਸ ਸਮੇਂ ਪਰਮਰਾਜ ਸਿੰਘ ਉਮਰਾ ਮੰਗਲ ਦੇ ਨਾਲ ਹੋ ਰਿਹਾ ਸੀ, ਜਿਹੜੇ ਉਸ ਵੇਲੇ ਲੁਧਿਆਣੇ ਦੇ IG ਸੀ ਤੇ ਉਸ ਵੇਲੇ ਸਾਰੇ ਓਪਰੇਸ਼ਨ ਦੇ ਉੱਤੇ ਨਿਗਰਾਨੀ ਰੱਖ ਰਹੇ ਸਨ। ADGP ਲਾਰਡ ਆਰਡਰ ਰੋਹਿਤ ਚੌਧਰੀ ਉੱਥੇ ਮੌਜੂਦ ਹੋਣ, ਪਰ ਸੁਮੇਹ ਸਿੰਘ ਸੈਣੀ DGP ਉਹਨਾਂ ਨੂੰ ਛੱਡ ਕੇ ਗੱਲਬਾਤ ਜਿਹੜੀ ਆ ਉਹ ਜਿਹੜੇ IG ਉਮਰਾ ਨੰਗਲ ਨਾਲ ਕਰ ਰਹੇ ਸਨ, ਇਹ ਬਹੁਤ ਵੱਡੇ ਪ੍ਰਸ਼ਨ ਨੇ, ਕਿਉਂਕਿ ਉਸ ਵਕਤ IG ਪਰਮਰਾਜ ਸਿੰਘ ਉਮਰਾ ਨੰਗਲ, ਦੂਜੇ ਪਾਸੇ ਸੁਮੇਹ ਸਿੰਘ ਸੈਣੀ ਤੇ ਤੀਸਰੇ ਬੰਨੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਆਪਣੇ ਸਿੱਧੇ ਸੰਪਰਕ ਵਿੱਚ ਸਨ, ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਜਿਹੜੀ ਕਰ ਰਿਹਾ ਸੀ। ਹੁਣ ਬੀਤੇ ਦੌਰ ਦੇ ਵਿੱਚ ਸੁਮੇਹ ਸਿੰਘ ਸੈਣੀ ਦੇ, ਪਰਮਰਾਜ ਸਿੰਘ ਉਮਰਾ ਨੰਗਲ ਦੇ ਔਰ ਬਾਦਲ ਪਰਿਵਾਰ ਦੇ ਕਿਹੋ ਜਿਹੇ ਰਿਸ਼ਤੇ ਰਹੇ ਨੇ, ਸੁਖਵਿੰਦਰ ਜੀ, ਇਹ ਸਾਰੀ ਦੁਨੀਆ ਜਾਣਦੀ ਹੈ, ਸਾਰਾ ਪੰਜਾਬ ਜਿਹੜਾ ਉਹ ਜਾਣਦਾ ਹੈਗਾ। ਹੁਣ ਉਹਦੇ ਨਾਲ ਹੀ ਨਾਲ ਜੇਕਰ ਖਟਰਾ ਸਿੰਘ ਦੀ ਗੱਲ ਕਰ ਲਈਏ, ਜਿਹੜੇ ਉਸ ਵਕਤ DIG ਸਨ, ਤਾਂ ਉਸ ਗੋਲੀਕਾਂਡ ਦੇ ਮੌਕੇ ਤੇ ਮੌਜੂਦ ਸੀ, ਉਹ ਵੀ ਕਹਿੰਦੇ ਨੇ ਕਿ ਉਸ ਵਕਤ ਸੁਮੇਹ ਸਿੰਘ ਸੈਣੀ ਤੇ ਪਰਮਰਾਜ ਸਿੰਘ ਉਮਰਾ ਨੰਗਲ ਦੇ ਸੰਪਰਕ ਦੇ ਵਿੱਚ ਸਨ। ਹੈਰਾਨੀ ਦੀ ਗੱਲ ਆ ਕਿ ADGP ਲਾਰਡ ਆਰਡਰ ਰੋਹਿਤ ਚੌਧਰੀ ਉੱਥੇ ਮੌਜੂਦ ਹੋਣ, ਪਰ ਉਹਨਾਂ ਦਾ ਕੋਈ ਵੀ ਸੰਪਰਕ ਨਹੀਂ ਉਮਰਾ ਨੰਗਲ ਦੇ ਨਾਲ ਹੀ ਹੋ ਰਹੀ ਸੀ। ਅਨਖੀ ਸਾਹਿਬ, ਸੁਮੇਹ ਸਿੰਘ ਸੈਣੀ ਦਾ ਪਤਾ ਲੱਗਿਆ ਜੀ, ਉਹੀ ਹੋ ਰਹੇ ਸੀ। ਮੈਂ ਕਿਹਾ ਪ੍ਰਸ਼ਨ ਇਹ ਉੱਠਦਾ ਕਿ ADGP ਲਾਰਡ ਆਰਡਰ ਰੋਹਿਤ ਚੌਧਰੀ ਉੱਥੇ ਮੌਜੂਦ ਹੋਣ, ਪਰ DGP ਉਹਨਾਂ ਨੂੰ ਛੱਡ ਕੇ ਗੱਲ ਜੇਕਰ ਪਰਮਰਾਜ ਸਿੰਘ ਉਮਰਾ ਨੰਗਲ ਨਾਲ ਕਰ ਰਹੇ ਨੇ, ਤਾਂ ਬੜੇ ਵੱਡੇ ਖੁਲਾਸੇ ਜਿਹੜੇ ਨੇ ਉਹ ਹੋਏ ਹੋਣਗੇ ਉਸ ਵਕਤ ਜਿਹੜੀ ਸਿੱਟ ਨੇ ਕੀਤੀ। ਇਹ ਗੱਲਾਂ ਰਿਕਾਰਡ ਡੇਂਜਰੀ ਆਪਾਂ ਗੱਲ ਕਰ ਰਹੇ ਹਾਂ, ਇਹ ਜਾਣਕਾਰੀ ਪਰ ਅਸੀਂ ਪਹਿਲੀ ਵਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਜਿਹੜੀ ਕਰਦੇ ਪਏ ਹਾਂ। ਹੁਣ ਸੁਖਵਿੰਦਰ ਜੀ, ਨਵੇਂ ਦੁਬਾਰਾ LK ਯਾਦਵ ਵਾਲੀ ਸਿੱਟ ਨੇ, ਸੁਖਵਿੰਦਰ ਜੀ, ਹੁਣ ਜਿਸ ਤਰੀਕੇ ਨਾਲ ਗਗਨਦੀਪ ਸਿੰਘ ਬਰਾੜ ਜਿਹੜੇ ਪਹਿਲੀ ਵਾਰੀ, ਮੇਰਾ ਖਿਆਲ ਆ ਜੇ ਮੈਂ ਗਲਤ ਨਾ ਹੋਵਾਂ ਤਾਂ, ਪਹਿਲੀ ਵਾਰੀ ਉਹਨਾਂ ਨੂੰ ਇਸ ਸਿੱਟ ਨੇ ਜਿਹੜਾ ਉਹ ਸੱਦਿਆ ਹੈਗਾ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ, ਉਹ ਬਾਦਲ ਸਾਹਿਬ ਦੇ ਕਰੀਬੀ ਰਿਸ਼ਤੇਦਾਰ ਵੀ ਨੇ। ਹੁਣ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਵੇਖੋ ਕਿ ਅਗਲੇ ਦਿਨਾਂ ਦੇ ਵਿੱਚ ਸਿੱਟ ਇਹਨਾਂ ਅਧਿਕਾਰੀਆਂ ਕੋਲ ਕੀ ਪੁੱਛਣ ਦਾ ਯਤਨ ਕਰਦੀ ਹੈ ਜਾਂ ਕੀ ਨਵੇਂ ਖਲਵਾ ਸਕਦੀ ਹੈ। ਬਾਕੀ ਸੁਖਵਿੰਦਰ ਜੀ, ਮੈਨੂੰ ਇਸ ਤਰ੍ਹਾਂ ਜ਼ਰੂਰ ਲੱਗਦਾ ਕਿ ਰੋਹਿਤ ਚੌਧਰੀ ਜਾਂ ਗਗਨਦੀਪ ਸਿੰਘ ਬਰਾੜ ਸੰਬੰਧੀ ਤਾਂ ਕੋਈ ਗੱਲਬਾਤ ਨਾ ਹੋਵੇ, ਪਰ DIC ਰਣਬੀਰ ਸਿੰਘ ਖੱਟੜੇ ਦੇ ਸੰਬੰਧੀ ਮੁਸ਼ਕਲਾਂ ਜਿਹੜੀਆਂ ਸੁਖਵਿੰਦਰ ਜੀ ਜ਼ਰੂਰ ਵੱਧ ਸਕਦੀਆਂ। ਉਸ ਦਾ ਕਾਰਨ ਮੈਂ ਥੋੜ੍ਹਾ ਜਿਹਾ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਉਹ ਰਿਟਾਇਰ ਹੁੰਦੇ ਨੇ ਤਾਂ ਤੁਹਾਨੂੰ ਯਾਦ ਹੋਏਗਾ ਕਿ ਅੰਮ੍ਰਿਤਸਰ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਾ ਕੇ ਉਹਨਾਂ ਨੇ ਬੜੇ ਜਿਹੜੇ ਖੁਲਾਸੇ ਕੀਤੇ ਸਨ, ਤਾਂ ਇੱਕ ਕਿਸਮ ਦੇ ਨਾਲ ਉਹਨਾਂ ਨੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ BP ਜਗੀਰ ਕੌਰ ਉਦੋਂ HPC ਦੇ ਪ੍ਰਧਾਨ ਸੀ, ਤੁਹਾਨੂੰ ਯਾਦ ਹੋਵੇਗਾ। ਤਾਂ ਇਸੇ ਤਰੀਕੇ ਨਾਲ ਇਹ ਵੀ ਪਤਾ ਲੱਗਾ ਜੀ, ਬਿਲਕੁਲ ਬਿਲਕੁਲ, ਮੈਂ ਇਹੋ ਲੱਗਾ ਸਨ ਜੀ, ਤਾਂ ਉਹਨਾਂ ਦਾ ਬੇਟਾ ਵੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਦਾ ਰਿਹਾ, ਤਾਂ ਸੋ ਹੋ ਸਕਦਾ ਕਿ ਇਸ ਵੇਲੇ ਸਿੱਟ ਜਿਹੜੀ ਆ ਕੁਝ ਅਜਿਹੀਆਂ ਕੜੀਆਂ ਇਕੱਠੀਆਂ ਕਰਨ ਦੇ ਮੂਡ ਚ ਹੋਵੇ, ਕਿਉਂਕਿ ਜਿਸ ਤਰੀਕੇ ਨਾਲ ਖਟੜਾ ਸਾਹਿਬ ਨੇ ਉਸ ਵਕਤ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ, ਤੇ ਬੇਟੇ ਨੇ ਟਿਕਟ ਲੜੀ, ਤਾਂ ਹੋ ਸਕਦਾ ਕਿ ਆਉਂਦਾ ਦਿਨਾਂ ਚ ਜਿਹੜੀ LK ਯਾਦਵ ਵਾਲੀ ਸਿੱਟ ਆ ਜਾਂ ਹੋਰ ਸਿੱਟਾਂ ਜਿਹਨਾਂ ਨੇ ਸੱਦਿਆ,
ਉਹ ਉਹਨਾਂ ਦੇ ਦੁਆਲੇ ਸਿਕੰਜਾ ਖਟਣ ਵਾਸਤੇ ਵੀ ਜਿਹੜੇ ਹੁਣ ਅਸੀਂ ਕਹਿ ਸਕਦੇ ਕਿ ਆਉਂਦੇ ਦਿਨ ਜਿਹੜੇ ਨੇ ਮੁਸ਼ਕਲਾਂ ਭਰਪੂਰ ਹੋ ਸਕਦੇ ਆ। ਹੁਣ 6 ਮਾਰਚ ਨੂੰ ਇਹਨਾਂ ਨੂੰ ਸੱਦਿਆ ਗਿਆ, ਹੁਣ ਵੇਖਣਾ ਹੋਵੇਗਾ ਕਿ ਜਿਹੜੀ ਇਹ ਸਿੱਟ ਆ ਇਹਨਾਂ ਕੋਲ ਕਿਹੜੇ ਨਵੇਂ ਹੋਰ ਖੁਲਾਸੇ ਕਰਾਉਂਦੀ ਆ ਜਾਂ ਪੁਰਾਣੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਜੀ ਅੱਜ ਵੀ ਜਿਹੜੀ ਦੇਖਣ ਵਾਲੀ ਗੱਲ ਹੈ ਅਣਖੀ ਸਾਹਿਬ ਕਿ ਮੋਰਚੇ ਦੇ ਪ੍ਰਬੰਧਕ ਜਿਹੜੇ ਚੱਲੇ ਅੰਮ੍ਰਿਤਸਰ ਦੇ ਵਿੱਚ ਸ਼ੁਕਰਾਨਾ ਕਰਨ ਦੇ ਲਈ, ਜਿਹੜੇ ਮੋਰਚੇ ਦੇ ਪ੍ਰਬੰਧਕ ਕੁੰਵਰ ਵਿਜੇ ਪ੍ਰਤਾਪ ਨੂੰ ਕਦੇ ਸਮੇਂ ਕੋਟ ਕਰਦੇ ਰਹੇ ਆ, ਜਿਹੜੇ ਮੋਰਚੇ ਦੇ ਪ੍ਰਬੰਧਕ ਜਿਹੜੇ ਆ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਮੋਰਚੇ ਦੇ ਵਿੱਚ ਸੱਦ ਕੇ ਇਕੱਠ ਵੀ ਕਰਦੇ ਰਹੇ ਆ ਕਿ ਉਹ ਅੱਜ ਸ਼ੁਕਰਾਨੇ ਦੇ ਮੌਕੇ ਕੁੰਵਰ ਵਿਜੇ ਪ੍ਰਤਾਪ ਨੂੰ ਸੁਨੇਹਾ ਭੇਜ ਕੇ ਕਹਿਣਗੇ ਕਿ ਭਾਈ ਆਓ ਆਪਾਂ ਚੱਲੀਏ, ਤੁਹਾਡੇ ਅੰਮ੍ਰਿਤਸਰ ਦੇ ਵਿੱਚ ਆਏ ਹਾਂ ਤੇ ਸ਼ੁਕਰਾਨਾ ਜਿਹੜਾ ਕਰਨ ਚੱਲੀਏ। ਤੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਇੱਦਾਂ ਹੁੰਦਾ ਜਾਂ ਨਹੀਂ ਹੁੰਦਾ। ਤੇ ਦੂਜੇ ਪਾਸੇ ਇੱਕ ਸਵਾਲ ਇਹ ਵੀ ਅਣਖੀ ਸਾਹਿਬ ਕਿ ਕਿਉਂ ਨਹੀਂ ਮੋਰਚੇ ਦੇ ਪ੍ਰਬੰਧਕ ਸਰਕਾਰ ਨੂੰ ਸਵਾਲ ਕਰਦੇ ਕਿ ਭਾਈ ਤੁਹਾਡਾ MLA ਜਿਹੜਾ ਭਾਵੁਕਤਾ ਦੇ ਨਾਲ ਇਸ ਪੂਰੇ ਮੁੱਦੇ ਤੇ ਜੁੜਿਆ ਹੋਇਆ ਉਹ ਤਾਂ ਕਹਿ ਰਿਹਾ ਕਿ ਭਾਈ ਤੁਹਾਡਾ ਚਲਾਣ ਹੀ ਜਿਹੜਾ ਉਹ ਸਹੀ ਨਹੀਂ ਹੈਗਾ ਤੇ ਤੁਸੀਂ ਇਨਸਾਫ਼ ਦੀਆਂ ਗੱਲਾਂ ਕਰਦੇ ਆ, ਮੋਰਚੇ ਦੇ ਪ੍ਰਬੰਧਕ ਇਹ ਕਿਉਂ ਨਹੀਂ ਸਵਾਲ ਕਰਦੇ? ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਸਵਾਲ ਜਿਹੜਾ ਉਹ ਅਣਖੀ ਸਾਹਿਬ ਇੱਥੇ ਬਣਿਆ ਹੋਇਆ। ਤਾਂ ਅਗਲੀ ਖਬਰ ਤੇ ਗੱਲਬਾਤ ਕਰ ਲਈਏ, ਮੁਲਾਕਾਤ ਕਾਫੀ ਸਮਾਂ ਆਪਣਾ ਇਸ ਖਬਰ ਤੇ ਲੰਘ ਗਿਆ। ਅਗਲੀ ਖਬਰ ਅਣਖੀ ਸਾਹਿਬ ਇਹ ਹੈ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਭਗਵੰਤ ਮਾਨ ਕਹਿ ਰਿਹਾ ਕਿ ਪੰਜਾਬ ਦੇ ਅੰਦਰ ਫਿਰਕਾ ਪ੍ਰਸਤੀ ਦੇ ਜਿਹੜਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ, ਵਿਰੋਧੀ ਪਾਰਟੀਆਂ ਕਹਿੰਦੇ ਕਰ ਰਹੀਆਂ ਨੇ। ਉਧਰ ਦੂਜੇ ਪਾਸੇ ਅੱਜ ਕਹਿੰਦੇ 9ਵਾਂ 10ਵਾਂ ਦਿਨ ਹੋ ਚੱਲਿਆ ਕਿ ਅਜਨਾਲਾ ਕਾਂਡ ਦੇ ਵਿੱਚ ਕਾਰਵਾਈ ਨਹੀਂ ਹੋਈ। ਜੇ ਖੁਦ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਰਹਿਣ ਵਿੱਚ ਰਹਿਣਗੇ ਤਾਂ ਕਾਰਵਾਈ ਹੋਊ। ਖੁਦ ਮੁੱਖ ਮੰਤਰੀ ਸਾਹਿਬ ਕਰਨਾਟਕ ਦੇ ਵਿੱਚ ਪ੍ਰਚਾਰ ਕਰਨ ਕੇਜਰੀਵਾਲ ਦੇ ਨਾਲ ਤੁਰੇ ਫਿਰਦੇ ਆ ਪੰਜਾਬ ਦੇ ਖਰਚੇ ਤੇ ਕਹਿੰਦੇ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਮਾਹੌਲ ਖਰਾਬ ਕਰ ਰਹੀਆਂ, ਜੇ ਵਿਰੋਧੀ ਪਾਰਟੀਆਂ ਮਾਹੌਲ ਖਰਾਬ ਕਰ ਰਹੀਆਂ ਫਿਰ ਕਾਰਵਾਈ ਭਗਵੰਤ ਮਾਨ ਸਾਹਿਬ ਕਰਦੇ ਕਿਉਂ ਨੀ? ਜੇ ਵਿਰੋਧੀ ਪਾਰਟੀਆਂ ਕਿਸੇ ਨੂੰ ਵਰਤ ਕੇ ਮਾਹੌਲ ਖਰਾਬ ਕਰ ਰਹੀਆਂ ਤਾਂ ਜਿਹੜੇ ਵਰਤੇ ਜਾਣ ਵਾਲੇ ਆ ਤੇ ਜਿਹੜੇ ਵਰਤ ਰਹੇ ਆ ਉਹਨਾਂ ਦੇ ਉੱਪਰ ਕਾਰਵਾਈਆਂ ਕਰਦੇ ਕਿਉਂ ਨੀ? ਤੁਹਾਡੇ ਕੋਲੇ ਵੀਡੀਓਜ਼ ਪਈਆਂ, ਤੁਹਾਡੇ ਕੋਲੇ ਸਾਰਾ ਕੁਝ ਪਿਆ, ਤੁਸੀਂ ਅੱਜ 9ਵੇਂ 10ਵੇਂ ਦਿਨ ਪਰਚਾ ਦਿੱਤਾ ਕਿਉਂ ਨੀ? ਲਗਾਤਾਰ ਜਿਹੜਾ ਇਹ ਮਾਮਲਾ ਵਿਗੜਦਾ ਜਾ ਰਿਹਾ, ਖੁਦ ਤੁਸੀਂ ਕਰਨਾਟਕਾ ਪ੍ਰਚਾਰ ਲਈ ਤੁਰੇ ਫਿਰਦੇ ਹੋ, ਇਹ ਅੱਖੀਂ ਘੱਟਾ ਕਿਉਂ ਪਾ ਰਹੇ ਹੋ ਲੋਕਾਂ ਦੇ? ਇਹ ਵੀ ਜਿਹੜੀ ਗੱਲ ਦੱਸਣ ਭਗਵੰਤ ਮਾਨ। ਸੁਖਵਿੰਦਰ ਜੀ, ਕੱਲ ਮੁੱਖ ਮੰਤਰੀ ਸਾਹਿਬ ਦਾ ਟਵੀਟ ਆਉਂਦਾ ਕਿ ਪੰਜਾਬ ਦੇ ਪਲ ਪਲ ਤੇ ਖਬਰ ਪਲ ਪਲ ਦੀ ਖਬਰ ਤੇ ਮੇਰੀ ਜਿਹੜੀ ਪੈਨੀ ਨਜ਼ਰ ਹੈਗੀ ਕਾਇਮ ਹੈਗੀ ਹੈ। ਇਹ ਟਵੀਟ ਜਦੋਂ ਆਇਆ ਤਾਂ ਉਸ ਤੋਂ ਮਗਰੋਂ ਫਿਰ ਵਿਰੋਧੀਆਂ ਨੇ ਜਿਸ ਤਰੀਕੇ ਦਾ ਫਾਇਰ ਆਪਣੇ ਖੋਲੇ ਭਗਵੰਤ ਮਾਨ ਤੇ, ਉਸ ਤੋਂ ਮਗਰੋਂ ਉਹਨਾਂ ਦਾ ਕੋਈ ਜਵਾਬ ਜਿਹੜਾ ਨਹੀਂ ਆਇਆ। ਜੇ ਵਾਕਈ ਪੰਜਾਬ ਦੇ ਹਰ ਹਾਲਾਤ ਤੇ ਤੁਹਾਨੂੰ ਪਲ ਪਲ ਦੀ ਖਬਰ ਹੈਗੀ ਆ ਤਾਂ ਫਿਰ ਜਿਸ ਤਰੀਕੇ ਨਾਲ ਵਿਰੋਧੀ ਕਹਿ ਰਹੇ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ? ਸੁਖਬੀਰ ਬਾਦਲ ਕਹਿੰਦਾ ਕਿ 6ਅੰਬਾਰਾਂ ਦਾ ਸਮਾਂ ਨਹੀਂ ਹੈ। ਦੂਜੇ ਪਾਸੇ ਹਰ ਪਾਰਟੀ ਨੇ ਘੇਰਿਆ, ਭਾਜਪਾ ਕਹਿੰਦੇ ਕਿ ਹਾਂ ਵੀ ਟਵੀਟੋ ਟਵੀਟ ਕੰਮ ਨਹੀਂ ਹੋਣਾ, ਕਾਰਵਾਈ ਕਰਕੇ ਦੱਸੋ। ਤਾਂ ਭਗਵੰਤ ਮਾਨ ਹੁਣ ਕਰਨਾਟਕ 'ਚ ਤੁਰੇ ਫਿਰਦੇ ਪਏ ਆ। ਸੁਖਵਿੰਦਰ ਜੀ, ਪ੍ਰਸ਼ਨ ਤਾਂ ਇਹ ਉੱਠਦਾ ਕਿ ਜੇਕਰ ਤੁਹਾਡੇ ਕੋਲ ਪਲ ਪਲ ਦੀ ਖਬਰ ਹੈਗੀ ਆ ਤਾਂ ਫਿਰ ਪੰਜਾਬ ਨੂੰ ਅੱਗ ਦੇ ਬੂਥੇ ਦੇ ਉੱਤੇ ਲਾਉਣ ਦੀ ਬਜਾਏ ਤੁਸੀਂ ਬਾਹਰ ਕਿਉਂ ਉਹਨੂੰ ਬੁਝਾਉਣ ਦੀ ਬਜਾਏ ਤੁਸੀਂ ਬਾਹਰ ਕਿਉਂ ਤੁਰੇ ਫਿਰਦੇ? ਜੇ ਇਹ ਬਲਦੀ ਦੇ ਬੂਥੇ ਕੇ ਪੰਜਾਬ ਨੂੰ ਛੱਡ ਕੇ ਤੁਸੀਂ ਕਰਨਾਟਕਾ ਚਲੇ ਗਏ, ਦੂਜੇ ਪਾਸੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਪਿਆ, ਤੀਜੇ ਪਾਸੇ ਵਿਰੋਧੀ ਧਿਰ ਤੁਹਾਨੂੰ ਘੇਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਗਈ ਆ, ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਅਸੀਂ ਹੁਣ ਵਾਕਆਊਟ ਨਹੀਂ ਕਰਦੇ, ਸਰਕਾਰ ਨੂੰ ਸਦਨ 'ਚ ਘੇਰਾਂਗੇ। ਤੇ ਵੱਖ ਵੱਖ ਮੁੱਦਿਆਂ ਤੇ ਇਹੋ ਜਿਹੀ ਸਥਿਤੀ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਆਪਣੀ ਜ਼ਿੰਮੇਵਾਰੀ ਤਾਂ ਪੂਰਨ ਠੀਕ ਤਰੀਕੇ ਨਾਲ ਨਿਭਾਓ। ਇਹ ਕਰਨਾਟਕ ਦੀਆਂ ਚੋਣ ਰੈਲੀਆਂ ਤਾਂ ਸੁਖਵਿੰਦਰ ਜੀ ਅੱਜ ਕਰਨਾਟਕ ਦੀਆਂ, ਪਰਸੋਂ ਕਿਸੇ ਦੀਆਂ, ਫਿਰ ਬਾਅਦ 'ਚ ਕਿਸੇ ਦੀਆਂ ਹੋ ਜਾਣੀਆਂ, ਇਹ ਤਾਂ ਇਸੇ ਤਰੀਕੇ ਨਾਲ ਚੱਲਦਾ ਰਹਿਣਾ। ਪਰ ਜੇਕਰ ਪੰਜਾਬ ਦੇ ਹਾਲਾਤ ਜਿਸ ਤਰੀਕੇ ਨਾਲ ਦਿਨੋਂ ਦਿਨ ਬਦਤਰ ਹੁੰਦੇ ਜਾ ਰਹੇ ਆ, ਪਰ ਮੁੱਖ ਮੰਤਰੀ ਸਾਹਿਬ ਅਜੇ ਵੀ ਇੰਨੀ ਗੱਲ ਕਹਿੰਦੇ ਕਿ ਨਹੀਂ ਇਹੋ ਜਿਹੇ ਕੋਈ ਹਾਲਾਤ ਨਹੀਂ, ਅਸੀਂ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਮਜ਼ਬੂਤੀ ਨੂੰ ਠੀਕ ਤਰੀਕੇ ਨਾਲ ਬਹਾਲ ਰੱਖਾਂਗੇ, ਹਰ ਸਥਿਤੀ ਦਾ ਅਸੀਂ ਮੁਕਾਬਲਾ ਕਰ ਸਕਦੇ ਹਾਂ। ਤਾਂ ਸੁਖਵਿੰਦਰ ਜੀ, ਫਿਰ ਇਹ ਜਿਹੜੇ ਬਿਆਨ ਨੇ ਇਹ ਸਿਰਫ ਬਿਆਨ ਨਹੀਂ ਹੋਣੇ ਚਾਹੀਦੇ, ਇਹ ਹਕੀਕਤ ਦੇ ਵਿੱਚ ਸਾਹਮਣੇ ਆਉਣੇ ਚਾਹੀਦੇ ਨੇ। 9ਵਾਂ ਦਿਨ ਹੋ ਚੁੱਕਾ ਜਿਹੜਾ ਅਜਨਾਲਾ ਘਟਨਾ ਨੂੰ, 30 ਬੰਦਿਆਂ ਦੇ ਕਹਿੰਦੇ ਨੇ ਉਹਨਾਂ ਨੇ ਜਿਹੜੇ ਚਿਹਰੇ ਨੇ ਫਿਗਰ ਕੀਤੇ ਨੇ, ਤੇ ਇਸ ਤੋਂ ਇਲਾਵਾ 46 ਜਿਹੜੇ ਵੀਡੀਓਜ਼ ਜਿਹੜੇ ਨੇ ਉਹ ਵੀ ਉਹਨਾਂ ਨੇ ਬਣਾਏ ਨੇ। ਪਰ ਇਸ ਦੇ ਬਾਵਜੂਦ ਜੇਕਰ ਤੁਸੀਂ ਇੱਕ ਵੀ ਵਿਅਕਤੀ ਦੇ ਖਿਲਾਫ ਕੇਸ ਜਿਹੜਾ FIR ਦਰਜ ਨਹੀਂ ਕਰ ਸਕਦੇ, ਜਾਂ ਤੁਸੀਂ ਇਹ ਵੇਖਦੇ ਪਏ ਜੇ ਕਿ ਅਜੇ CRP ਜਾਂ ਜਿਹੜੀ RCF ਜਿਹੜੀਆਂ ਟੁਕੜੀਆਂ ਚੱਲੀਆਂ ਜਿਨ੍ਹਾਂ ਨੇ 6 ਮਾਰਚ ਨੂੰ ਪੰਜਾਬ 'ਚ ਪਹੁੰਚਣਾ, ਉਹਨਾਂ ਦੀ ਤੈਨਾਤੀ ਕਰਨ ਤੋਂ ਬਾਅਦ ਹੀ ਅਸੀਂ ਪਰਚੇ ਦਰਜ ਕਰਨੇ ਆ, ਤਾਂ ਫਿਰ ਸੁਖਵਿੰਦਰ ਜੀ ਸਾਫ਼ ਤੌਰ 'ਤੇ ਜ਼ਾਹਰ ਹੁੰਦਾ ਕਿ ਪੰਜਾਬ ਪੁਲਿਸ ਦਾ ਅਤੇ ਪੰਜਾਬ ਸਰਕਾਰ ਦਾ ਮਨੋਬਲ ਕਿਸ ਹੱਦ ਤੱਕ ਡਿੱਗ ਚੁੱਕਾ। ਕੱਲ੍ਹ ਵੀ ਅਸੀਂ ਗੱਲ ਕੀਤੀ ਜਿਸ ਤਰੀਕੇ ਨਾਲ ਤੇ ਹੁਣ ਸਰਕਾਰ ਕਹਿੰਦੀ ਕਿ ਅਸੀਂ ਆਪ ਹਦਾਇਤ ਕੀਤੀ ਸੀ, ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ ਮੋਰਚੇ 'ਚ ਜਾ ਕੇ ਇੰਨੀ ਗੱਲ ਕੀਤੀ ਕਿ ਹਾਂ ਭਈ
कोई पुलिस नूं सख्ती जिहड़ी डीजीपी साहब नूं स्पैशल फोन करके कहा कि दूजा प्रकारी नहीं बनना चाहिए कोई घटना ये जिथे जाते हैं जानते हैं ये सरकार की कोई बहादरी नहीं है कि इन्नी गल कह के जो तुहानू पता हो पल पल की खबर रखने वाला मुख्यमंत्री कह रहा हो तो तुहानू पता भी कि बंदे तुरे आ तो फिर उसनू पिंड दे विच ही क्यों ना नज़रबंद किया गया तुहाडी जिम्मेवारी उन्हां बंदिआं नूं उत्थों तक पहुँचाउण दी नहीं सी तुहाडी जिम्मेवारी सरकार दी कि उहो जिहे हालात पैदा ही ना होण दित्ते जांदे कि जिस करके तुहानू बीते दी गल हो गई ना उह बीते दी गल हो गई आ हुण ही कुछ कर देण हुण ही कोई कारवाई किसे मसले दे विच कर देण अगे ही हालात जिहड़े सुधार लैण उही सवाल तां उठ रहे आ ना कि तुसीं आप तां कर्नाटक दे विच प्रचार करदे तुरे फिरदे हो पंजाब दे खर्चे ते है पंजाब दे विच तुसीं बैठ नहीं रहे उत्थे जाके तुसीं कह रहे हो कि असीं पंजाब ही बड़ा सुधारता पंजाब दे हालात तां वध तों वी बदतर हो रहे आ और कर्नाटका दे लोक शायद सानूं ना सुण सकण पर जे कोई उत्थों दा कोई किसी तरीके दे नाल गल पहुंचदी होवे ते ओह एक वारी पुछण तां जरूर पंजाब दे लोकां नूं कर्नाटका वाले फोन फान करके कि भाई इत्थे नवीं नवीं सरकार आई है साल एक हो गया किहो जिहे हालात आ फिर कर्नाटका वाले जिहड़े आ वोट पा लैण सानूं कोई इतराज़ ही नहीं हैगा पर एक वारी पंजाब दे हाल जरूर जाण लैण ते मुख्यमंत्री साहब नूं वी चाहीदा कि जे वाकई तुहानूं पता है कि विरोधी इह काम कर रहे आ ते विरोधियां नूं वी फड़ के अंदर दिओ ਤੇ ਜਿਹੜੇ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਆ ਤੇ ਵਿਰੋਧੀ ਉਹਨਾਂ ਨੂੰ ਵੀ ਫੜ ਕੇ ਅੰਦਰ ਤੇ ਉਹ ਰੋਕਿਆ ਕੀ ਨਹੀਂ ਆ ਪਰ ਪੰਜਾਬ ਦੇ ਲੋਕਾਂ ਨੂੰ ਮਾਹੌਲ ਜਿਹੜਾ ਉਹ ਸਖਾਵਾਂ ਜ਼ਰੂਰ ਦਿਓ ਤਾਂ ਜੋ ਜਿਹੜਾ ਆਪਣੇ ਆਪ ਨੂੰ ਸਾਰੇ ਸੁਰੱਖਿਅਤ ਮਹਿਸੂਸ ਕਰਨ ਤਾਂ ਉਧਰ ਅਣਖੀ ਸਾਹਿਬ ਵਿਧਾਨ ਸਭਾ ਦੇ ਮਸਲੇ ਤੇ ਵੀ ਇਹ ਜਿਹੜੇ ਕੱਲ ਨੂੰ ਇਹ ਮੁੱਦਿਆਂ ਤੇ ਸਾਰੇ ਮੁੱਦੇ ਜਿਹੜੇ ਗੂੰਜਣੇ ਹੈਗੇ ਉੱਥੇ ਇਹਨਾਂ ਨੇ ਇੱਕ ਘਿਰਨਾ ਹੈਗਾ ਤੇ ਕਹਿੰਦੇ ਕਿ ਵਿਰੋਧੀਆਂ ਨੇ ਵੀ ਵਾਕਆਊਟ ਕਰਨ ਦੀ ਬਜਾਏ ਤਿਆਰੀ ਪੂਰੀ ਕਰ ਲਈ ਹੈ ਕਹਿੰਦੇ ਕਿ ਐਨ ਠੋਕਣੇ ਆ ਪੂਰੇ ਅੰਦਰ ਜਾ ਕੇ ਤੇ ਘੇਰਨੇ ਆ ਪੂਰੇ ਜਾ ਕੇ ਕਹਿੰਦੇ ਕਿ ਹੁਣ ਇਸ ਮਸਲੇ ਤੇ ਵੀ ਘਿਰਨਗੇ ਤੇ ਮਸਲੇ ਤਾਂ ਹੋਰ ਵੀ ਬੜੇ ਨੇ ਉਹਨਾਂ ਦਾ ਕੰਮ ਹੀ ਇੱਕ ਅੱਧਾ ਚਾਹੀਦਾ ਕੀਤਾ ਬਾਕੀ ਦਾ ਸਾਰੇ ਮਸਲੇ ਘਿਰਨ ਵਾਲਾ ਹੀ ਹੈ ਸੁਖਵਿੰਦਰ ਜੀ ਮੇਰਾ ਖਿਆਲ ਕੱਲ ਵਾਲਾ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਹੈ ਕਿ ਜਿਹੜੇ ਉਹ ਵਿਰੋਧੀਆਂ ਨੇ ਸੁਣ ਲਿਆ ਤੇ ਸ਼ਾਇਦ ਹੁਣ ਇਸੇ ਕਰਕੇ ਵਿਰੋਧੀਆਂ ਨੇ ਮੂਡ ਬਣਾ ਲਿਆ ਕਿ ਅਸੀਂ ਵਿਧਾਨ ਸਭਾ 'ਚ ਰਹਿਣਾ ਤੁਸੀਂ ਕੱਲ ਪ੍ਰੋਗਰਾਮ 'ਚ ਇੰਨੀ ਗੱਲ ਕੀਤੀ ਸੀ ਸਵੇਰ ਦੀ ਕਿ ਵਿਰੋਧੀ ਸ਼ਾਇਦ ਬਹਾਨਾ ਅੰਦਰ ਨਾ ਬੋਲ ਸਕਣ ਕਰਕੇ ਵਾਕ ਆਉਣ ਕਰਕੇ ਬਾਹਰ ਆ ਜਾਂਦੇ ਆ ਤਾਂ ਤੁਸੀਂ ਇਸ਼ਾਰੇ 'ਚ ਗੱਲ ਕੀਤੀ ਤੇ ਸ਼ਾਇਦ ਵਿਰੋਧੀਆਂ ਨੇ ਉਹ ਇਸ਼ਾਰਾ ਸਮਝ ਲਿਆ ਤੇ ਆਪਣੀ ਸਥਿਤੀ ਨੂੰ ਬਹਾਲ ਕਰਨ ਵਾਸਤੇ ਫੈਸਲਾ ਕੀਤਾ ਕਿ ਨਹੀਂ ਭਈ ਹੁਣ ਵਾਕਆਊਟ ਨਹੀਂ ਕਰਨਾ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਘੇਰਨਾ ਤਾਂ ਸੁਖਵਿੰਦਰ ਜੀ ਬੜੇ ਮੁੱਦੇ ਨੇ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਵੀ ਸਭ ਤੋਂ ਜ਼ਿਆਦਾ ਤਾਂ ਇਹੋ ਛਾਇਆ ਰਹੇਗਾ ਦੂਜੇ ਪਾਸੇ ਜਿਹੜਾ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਗੱਲਬਾਤ ਅਜੇ ਤੱਕ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੁਝ ਨਹੀਂ ਕੀਤੀ ਗਈ ਇਹਦੇ ਸੰਬੰਧੀ ਵੀ ਕਾਂਗਰਸੀ ਜਿਹੜੇ ਵਿਧਾਇਕ ਨੇ ਉਹ ਵੀ ਤਿਆਰੀ ਕਰ ਰਹੇ ਕਿ ਇੱਕ ਸਾਲ ਹੋ ਚੱਲਿਆ ਤਾਂ ਅਜੇ ਤੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਕੋਈ ਵੀ ਐਲਾਨ ਹੀ ਕਹਾਂਗੇ ਕੋਈ ਵੀ ਐਲਾਨ ਮੌਜੂਦਾ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਤੀਜੇ ਬੰਨੇ ਸਰਕਾਰ ਜਿਹੜੀ ਪਿੱਠ ਥਾਪੜਦੀ ਪਈ ਆ ਕਿ ਅਸੀਂ ਜਿਹੜੇ ਮੈਡੀਕਲ ਕਾਲਜ ਖੋਲ੍ਹਤੇ ਹਰ ਜ਼ਿਲ੍ਹੇ 'ਚ 16 ਕਾਲਜ ਖੋਲ੍ਹਣੇ ਤੇ ਅਜੇ ਸਿਰਫ ਇੱਕ ਕਾਲਜ 'ਤੇ ਕੰਮ ਜਿਹੜਾ ਚੱਲਦਾ ਪਿਆ ਇਸ ਮੁੱਦੇ ਤੇ ਵੀ ਸਰਕਾਰ ਜੀ ਨੂੰ ਘੇਰਨ ਦੀ ਤਿਆਰੀ ਆ ਤੇ ਸਭ ਤੋਂ ਵੱਡੀ ਘੇਰਨ ਦਾ ਮੁੱਦਾ ਜਿਹੜਾ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਿਹਦੇ ਨਾਲ ਲੈ ਕੇ ਪੰਜਾਬ ਜਿਹੜਾ ਇਸ ਵੇਲੇ ਬਲਦੀ ਅੱਗ ਵੱਲ ਜਿਹੜਾ ਵੱਧਦਾ ਜਾ ਰਿਹਾ ਇਸ ਮੁੱਦੇ ਨੂੰ ਲੈ ਕੇ ਹੁਣ ਇਹ ਵੇਖਣਾ ਹੋਗਾ ਵਿਰੋਧੀ ਧਿਰ ਨੇ ਫੈਸਲਾ ਤਾਂ ਕੀਤਾ ਕਿ ਅਸੀਂ ਵਿਧਾਨ ਸਭਾ ਦੇ ਅੰਦਰ ਸਰਕਾਰ ਨੂੰ ਘੇਰਨਾ ਪਰ ਕੀ ਠੀਕ ਤਰੀਕੇ ਨਾਲ ਘੇਰ ਪਾਉਣਗੇ ਗੱਲ ਤਾਂ ਪ੍ਰਸ਼ਨ ਉਹਨਾਂ ਨੇ ਇਹ ਵੀ ਫੈਸਲਾ ਕੀਤਾ ਕਿ ਅਸੀਂ ਫਿਰ ਵਾਕਆਊਟ ਉਦੋਂ ਹੀ ਕਰਨਾ ਆ ਕਿ ਜਦੋਂ ਸਾਨੂੰ ਬੋਲਣ ਨਾ ਦਿੱਤਾ ਗਿਆ ਹੁਣ ਇਹ ਵੇਖਣਾ ਹੋਏਗਾ ਕਿ ਵਿਚਲੋ ਵਾਕਿਆ ਹੀ ਵਿਰੋਧੀ ਧਿਰ ਅੜਦੀ ਆ ਜਾਂ ਕੁਝ ਹੋਰ ਬਹਾਨੇ ਲੈ ਕੇ ਬਾਹਰ ਨਿਕਲਦੀ ਆ ਬਾਕੀ ਸੁਖਵਿੰਦਰ ਜੀ ਸਥਿਤੀਆਂ ਸਰਕਾਰ ਵਾਸਤੇ ਇਸ ਵੇਲੇ ਨਾਜ਼ੁਕ ਨੇ ਜਦੋਂ ਖਾਸ ਤੌਰ ਤੇ ਬਜਟ ਦਾ ਸੈਸ਼ਨ ਚੱਲਦਾ ਹੋਵੇ ਸਰਕਾਰ ਨੂੰ ਚਾਹੀਦਾ ਆਪਣੀ ਸਥਿਤੀ ਨੂੰ ਸੁਧਾਰਨ ਵਾਸਤੇ ਬਾਹਰ ਦੇ ਦੌਰਿਆਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਆਓ ਤਾਂ ਜੋ ਪੰਜਾਬ ਦੇ ਜਿਹੜੇ ਮਸਲੇ ਉਹ ਹੱਲ ਹੋਣ ਤੇ ਵਿਰੋਧੀ ਧਿਰ ਨੂੰ ਵੀ ਚਾਹੀਦਾ ਕਿ ਠੀਕ ਆ ਤੁਸੀਂ ਵਿਰੋਧੀ ਧਿਰ ਦੇ ਪਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜੇ ਉੱਥੇ ਜਾ ਕੇ ਸਰਕਾਰ ਨੂੰ ਘੇਰੋ ਨਾ ਕਿ ਵਾਕਆਊਟ ਕਰੋ ਜੋ ਕਿ ਬੀਤੇ ਦੌਰ ਚ ਤੁਸੀਂ ਕਰਦੇ ਆ ਰਹੇ ਜੀ ਬਿਲਕੁਲ ਬਿਲਕੁਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ 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 ਸ਼ੁਕਰੀਆ ਸੁਖਵਿੰਦਰ ਜੀ ਸਾਨੂੰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਧੰਨਵਾਦ